ਸਤਿ ਸ੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਓਨਟਾਰੀਓ ਫੈਕਟਰੀਜ਼ 'ਚ ਪਲਾਂਟ ਬੇਸਡ ਦੁੱਧ ਦੀ ਗੰਦਗੀ ਦਾ ਲੱਗਾ ਪਤਾ। ਲਿਸਟੀਰੀਓਸਿਸ ਕਾਰਨ 14 ਲੋਕ ਹਸਪਤਾਲ 'ਚ ਦਾਖਲ, 2 ਦੀ ਹੋਈ ਮੌਤ। ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਹੋ ਰਹੀ ਦੁਰਵਰਤੋਂ, ਦੁਰਵਰਤੋਂ ਨੂੰ ਰੋਕਣ ਲਈ ਕੈਨੇਡਾ ਸਰਕਾਰ ਨੇ ਐਲਾਨੇ ਨਵੇਂ ਉਪਾਅ। ਕੈਨੇਡੀਅਨ ਨਾਗਰਿਕਾਂ 'ਤੇ ਲੱਗੇ ਅੱਤਵਾਦ ਦੇ ਦੋਸ਼। ਕੰਜ਼ਰਵੇਟਿਵਸ ਨੇ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਜਤਾਈ ਚਿੰਤਾ। ਕੈਨੇਡਾ ਵੱਲੋਂ UK ਜਾਣ ਵਾਲੇ ਯਾਤਰੀਆਂ ਲਈ ਐਡਵਾਈਜ਼ਰੀ ਅਪਡੇਟ। ਉੱਚ ਪੱਧਰੀ ਸਾਵਧਾਨੀ ਵਰਤਣ ਦੀ ਦਿੱਤੀ ਗਈ ਸਲਾਹ। ਹੁਣ ਖਬਰਾਂ ਵਿਸਥਾਰ ਦੇ ਨਾਲ। ਓਨਟਾਰੀਓ ਦੀਆਂ ਫੈਕਟਰੀਆਂ ਦੇ ਵਿੱਚ ਪਲਾਂਟ ਬੇਸਡ ਦੁੱਧ ਦੀ ਗੰਦਗੀ ਦਾ ਪਤਾ ਲਗਾਇਆ ਗਿਆ ਹੈ। 4 ਪ੍ਰਾਂਤਾਂ ਦੇ ਵਿੱਚ ਲਿਸਟੀਰੀਓਸਿਸ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ 13 ਲੋਕ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ ਅਤੇ 2 ਲੋਕਾਂ ਦੀ ਮੌਤ ਦੀ ਵੀ ਰਿਪੋਰਟ ਕੀਤੀ ਗਈ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਪਿਕਰਿੰਗ ਓਨਟਾਰੀਓ ਦੀ ਇੱਕ ਫੈਕਟਰੀ ਵਿੱਚ ਕਈ ਪਲਾਂਟ ਆਧਾਰਿਤ ਦੁੱਧ ਦੇ ਲਿਸਟੀਰੀਆ ਦੀ ਗੰਦਗੀ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੰਦਗੀ ਜ਼ੋਰੀਕੀ ਵਿਖੇ ਸਮਰਪਿਤ ਉਤਪਾਦਨ ਲਾਈਨ 'ਤੇ ਹੋਈ, ਜੋ ਕਿ ਪਲਾਂਟ ਦੁੱਧ ਨਿਰਮਾਤਾ ਜਨੋਨ ਕੈਨੇਡਾ ਦੁਆਰਾ ਵਰਤੀ ਜਾਂਦੀ ਤੀਜੀ ਧਿਰ ਦੇ ਪੀਣ ਵਾਲੇ ਪਦਾਰਥਾਂ ਦੀ ਪੈਕੇਜਿੰਗ ਸਹੂਲਤ ਹੈ। ਏਜੰਸੀ ਦਾ ਕਹਿਣਾ ਹੈ ਕਿ ਉਤਪਾਦਨ ਲਾਈਨ ਨੂੰ ਪੂਰੀ ਤਰ੍ਹਾਂ ਵੱਖ ਕੀਤਾ ਗਿਆ, ਜਦਕਿ ਸਹੂਲਤ 'ਤੇ ਨਿਰੀਖਣ ਜਾਰੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਪਹਿਲਾਂ ਸਿਲਕ ਬ੍ਰਾਂਡ ਦੇ ਬਦਾਮ ਦੁੱਧ, ਨਾਰੀਅਲ ਦੇ ਦੁੱਧ, ਬਦਾਮ ਨਾਰੀਅਲ ਦੇ ਦੁੱਧ ਅਤੇ ਓਟ ਦੇ ਦੁੱਧ ਦੇ ਨਾਲ ਨਾਲ ਗ੍ਰੇਟ ਵੈਲਿਊ ਬ੍ਰਾਂਡ ਦੇ ਬਦਾਮ ਦੁੱਧ ਨਾਲ ਜੁੜੇ ਲਿਸਟੀਰੀਓਸਿਸ ਦੇ 18 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਪੁਸ਼ਟੀ ਕੀਤੇ ਕੇਸ ਓਨਟਾਰੀਓ, ਕਿਊਬੈਕ, ਅਲਬਰਟਾ ਅਤੇ ਨੋਵਾ ਸਕੋਸ਼ੀਆ ਦੇ ਵਿੱਚ ਸਨ ਅਤੇ 13 ਹਸਪਤਾਲ ਦੇ ਵਿੱਚ ਭਰਤੀ ਹੋਏ ਅਤੇ 2 ਦੀ ਮੌਤ ਹੋ ਚੁੱਕੀ ਸੀ। ਓਨਟਾਰੀਓ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੌਤਾਂ ਉਸ ਸੂਬੇ ਵਿੱਚ ਹੋਈਆਂ ਨੇ ਜਿਸ ਨੂੰ ਸਥਾਨਕ ਸਿਹਤ ਯੂਨਿਟਾਂ ਨੇ ਟੋਰਾਂਟੋ ਅਤੇ ਪੀਲ ਵਜੋਂ ਦਰਸਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਹੋਰ ਉਤਪਾਦ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਹੈ। ਜ਼ੋਰੀਕੀ ਨੇ ਕਿਹਾ ਹੈ ਕਿ ਇਹ ਡਨੋਨ ਅਤੇ ਸੰਘੀ ਭੋਜਨ ਨਿਰੀਖਣ ਏਜੰਸੀ ਨਾਲ ਕੰਮ ਕਰ ਰਿਹਾ ਹੈ, ਕਿਉਂਕਿ ਨਿਰੀਖਣ ਜਾਰੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੇ ਸੰਭਾਵੀ ਗੰਦਗੀ ਬਾਰੇ ਪਤਾ ਲੱਗਣ ਤੋਂ ਬਾਅਦ ਪਿਕਰਿੰਗ ਪਲਾਂਟ ਦੇ ਉਤਪਾਦਾਂ ਦੇ ਉਤਪਾਦਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਜ਼ੋਰੀਕੀ ਨੇ ਬੀਤੇ ਦਿਨ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ 2 ਕੈਨੇਡੀਅਨਾਂ ਦੀ ਲਿਸਟੀਰੀਆ ਦੀ ਲੌਗ ਨਾਲ ਮੌਤ ਹੋ ਗਈ ਹੈ ਅਤੇ ਅਸੀਂ ਉਹਨਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਦੇ ਨਾਲ ਨਾਲ ਕਿਸੇ ਵੀ ਕੈਨੇਡੀਅਨ ਨੂੰ ਇਸ ਪ੍ਰਕੋਪ ਨਾਲ ਨੁਕਸਾਨ ਪਹੁੰਚਣ ਵਾਲੇ ਲਈ ਡੂੰਘੀ ਹਮਦਰਦੀ ਪ੍ਰਗਟ ਕਰਨਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਸਾਡੇ ਕੋਲ ਕੋਈ ਸੰਕੇਤ ਨਹੀਂ ਹੈ ਕਿ ਕੋਈ ਹੋਰ ਉਤਪਾਦ ਪ੍ਰਭਾਵਿਤ ਹੋਏ ਨੇ। ਪਲਾਂਟ ਦੇ ਦੁੱਧ ਦੀ ਵਾਪਸੀ ਪਹਿਲਾਂ 8 ਜੁਲਾਈ ਨੂੰ ਜਾਰੀ ਕੀਤੀ ਗਈ ਸੀ। ਸਿਹਤ ਮਾਹਿਰਾਂ ਨੇ ਕਿਹਾ ਕਿ ਲਿਸਟੀਰੀਆ ਲੋਕਾਂ ਨੂੰ ਦੂਸ਼ਿਤ ਉਤਪਾਦ ਖਾਣ ਜਾਂ ਪੀਣ ਤੋਂ ਬਾਅਦ 2 ਮਹੀਨਿਆਂ ਤੱਕ ਬਿਮਾਰ ਕਰ ਸਕਦਾ ਹੈ। ਮੈਕਮਾਸਟਰ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਅਤੇ ਬਾਇਓਮੈਡੀਕਲ ਸਾਇੰਸਿਜ਼ ਵਿਭਾਗ ਦੀ ਪ੍ਰੋਫੈਸਰ ਮਾਈਕਰੋਬਾਇਓਲੋਜਿਸਟ ਲੌਰੀ ਬੋਰੈਸ ਨੇ ਕਿਹਾ ਕਿ ਜਦੋਂ ਤੁਸੀਂ ਇਸ ਨੂੰ ਖਾਂਦੇ ਹੋ ਉਸ ਸਮੇਂ ਤੋਂ ਲੈ ਕੇ ਤੁਹਾਡੇ ਲੱਛਣ ਹੋਣ ਤੱਕ ਇਹ ਲੰਮਾ ਸਮਾਂ ਰਹਿੰਦਾ ਹੈ। ਰਿਕਾਲ ਨੋਟਿਸ ਦੇ ਅਨੁਸਾਰ ਪ੍ਰਭਾਵਿਤ ਉਤਪਾਦਾਂ ਵਿੱਚ 4 ਅਕਤੂਬਰ ਤੱਕ ਅਤੇ ਉਤਪਾਦ ਕੋਡ ਵਿੱਚ 7825 ਨੰਬਰ ਸਮੇਤ ਸਭ ਤੋਂ ਪਹਿਲਾਂ ਦੀਆਂ ਤਰੀਕਾਂ ਨੇ। CFIA ਨੇ ਬੀਤੇ ਦਿਨ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਸਮਰਪਿਤ ਉਤਪਾਦਨ ਲਾਈਨ 'ਤੇ
ਕੋਈ ਵੀ ਉਤਪਾਦਨ ਉਦੋਂ ਤੱਕ ਮੁੜ ਚਾਲੂ ਨਹੀਂ ਹੋਵੇਗਾ ਜਦੋਂ ਤੱਕ ਲੋੜੀਂਦੇ ਸੁਧਾਰਾਤਮਕ ਉਪਾਅ ਲਾਗੂ ਨਹੀਂ ਕੀਤੇ ਜਾਂਦੇ ਅਤੇ CFIA ਸੰਤੁਸ਼ਟ ਹੈ ਕਿ ਕਿਸੇ ਵੀ ਗੰਦਗੀ ਦੀ ਪਛਾਣ ਕੀਤੀ ਗਈ ਹੈ ਤੇ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਵੈਨਕੂਵਰ ਵਿੱਚ ਸਲੇਟਰ ਵੈਸ਼ੀਓ LLP ਦੇ ਨਾਲ ਇੱਕ ਕਲਾਸ ਐਕਸ਼ਨ ਵਕੀਲ ਜਸਟਿਨਸ ਜਿਓਨੈਟੀ ਨੇ ਉਹਨਾਂ ਖਪਤਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ ਜੋ ਦਾਅਵਾ ਕਰਦੇ ਨੇ ਕਿ ਉਹਨਾਂ ਉਤਪਾਦਾਂ ਵਿੱਚੋਂ ਇੱਕ ਦਾ ਸੇਵਨ ਕਰਨ ਤੋਂ ਬਾਅਦ ਉਹ ਇੰਜਰ ਹੋਏ ਨੇ। ਜੇਕਰ ਸੰਭਵ ਹੋਵੇ ਤਾਂ ਉਹਨਾਂ ਦੀ ਬਿਮਾਰੀ ਦੇ ਹਾਲਾਤਾਂ ਬਾਰੇ ਨੋਟ ਬਣਾਉਣ ਵਾਸਤੇ ਕਿਹਾ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਰੋਕਣ ਲਈ ਨਵੇਂ ਉਪਾਅ ਐਲਾਨ ਦਿੱਤੇ ਨੇ। ਰੁਜ਼ਗਾਰ ਮੰਤਰੀ ਨੇ ਬੀਤੇ ਦਿਨ ਕਈ ਉਦਯੋਗ ਸੰਗਠਨਾਂ ਦੇ ਨਾਲ ਇੱਕ ਬੈਠਕ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕੁਝ ਸੰਸਥਾਵਾਂ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਦੁਰਵਰਤੋਂ ਕਰ ਰਹੀਆਂ ਨੇ ਤੇ ਉਹਨਾਂ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਰੁਜ਼ਗਾਰ ਅਤੇ ਕਾਰਜਬਲ ਵਿਕਾਸ ਮੰਤਰੀ ਰੈਂਡੀ ਬਸਨੌਲਟ ਨੇ ਦਫ਼ਤਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਕਿ ਕੈਨੇਡਾ ਸਰਕਾਰ ਘੱਟ ਤਨਖਾਹ ਵਾਲੀ ਸਟ੍ਰੀਮ ਅਧੀਨ ਅਸਥਾਈ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਤੇ ਵਿਚਾਰ ਕਰ ਰਹੀ ਹੈ। ਬਸਨੌਲਟ ਨੇ ਇਸ ਬਾਰੇ ਕਾਰੋਬਾਰੀ ਐਸੋਸੀਏਸ਼ਨਾਂ ਦੇ ਨਾਲ ਇੱਕ ਬੈਠਕ ਵੀ ਸੱਦੀ। ਇਹ ਉਹਨਾਂ ਨੌਕਰੀਆਂ 'ਤੇ ਲਾਗੂ ਹੁੰਦਾ ਹੈ ਜੋ ਹਰੇਕ ਸੂਬੇ ਅਤੇ ਖੇਤਰ ਵਿੱਚ ਔਸਤ ਘੰਟਾਵਾਰ ਤਨਖਾਹ ਤੋਂ ਘੱਟ ਭੁਗਤਾਨ ਕਰਦੀਆਂ ਨੇ। ਔਸਤ ਘੰਟਾਵਾਰ ਤਨਖਾਹ ਹਰ ਸੂਬੇ ਅਤੇ ਪ੍ਰਦੇਸ਼ ਵਿੱਚ ਵੱਖਰੀ ਹੈ, ਜਿਵੇਂ ਕਿ ਪ੍ਰਿੰਸ ਐਡਵਰਡ ਆਈਲੈਂਡ ਅਤੇ ਨੋਵਾ ਸਕੋਸ਼ੀਆ ਵਿੱਚ $24 ਪ੍ਰਤੀ ਘੰਟਾ ਅਤੇ ਨੌਰਥ ਵੈਸਟ ਟੈਰੀਟਰੀਜ਼ ਦੇ ਵਿੱਚ $39.24 ਪ੍ਰਤੀ ਘੰਟਾ ਏ। ਬਸਨੌਲਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਪਿਛਲੇ ਸਾਲ ਤੋਂ ਸਪਸ਼ਟ ਕਹਿ ਰਿਹਾ ਹਾਂ ਕਿ TFW ਪ੍ਰੋਗਰਾਮ ਦੀ ਦੁਰਵਰਤੋਂ ਖਤਮ ਹੋਣੀ ਚਾਹੀਦੀ ਹੈ। ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਇੱਕ ਜ਼ਿੰਮੇਵਾਰੀ ਹੈ ਜੋ ਮੈਂ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ। ਮਾੜੇ ਅਨਸਰ ਲੋਕਾਂ ਦਾ ਫਾਇਦਾ ਚੁੱਕ ਰਹੇ ਨੇ ਅਤੇ ਜਾਇਜ਼ ਕਾਰੋਬਾਰਾਂ ਲਈ ਪ੍ਰੋਗਰਾਮ ਨੂੰ ਕਮਜ਼ੋਰ ਕਰ ਰਹੇ ਨੇ। ਉਹਨਾਂ ਕਿਹਾ ਕਿ ਅਸੀਂ TFW ਪ੍ਰੋਗਰਾਮ ਦੀ ਦੁਰਵਰਤੋਂ ਅਤੇ ਧੋਖਾਧੜੀ ਨੂੰ ਰੋਕਣ ਲਈ ਹੋਰ ਸੁਧਾਰ ਕਰ ਰਹੇ ਹਾਂ। 2023-24 ਵਿੱਤੀ ਸਾਲ ਵਿੱਚ TFW ਪ੍ਰੋਗਰਾਮ ਦੇ ਤਹਿਤ $2 ਮਿਲੀਅਨ ਤੋਂ ਵੱਧ ਜੁਰਮਾਨੇ ਜਾਰੀ। ਰਿਪੀਟ, ਵਿੱਤੀ ਸਾਲ 2023-24 ਵਿੱਚ TFW ਪ੍ਰੋਗਰਾਮ ਦੇ ਤਹਿਤ $2 ਮਿਲੀਅਨ ਤੋਂ ਵੱਧ ਜੁਰਮਾਨੇ ਜਾਰੀ ਕੀਤੇ ਗਏ ਸਨ। ਇਹ ਪਿਛਲੇ ਸਾਲ ਦੇ ਮੁਕਾਬਲੇ 36% ਵਾਧਾ ਦਰਸਾਉਂਦਾ ਏ। ਇਮੀਗ੍ਰੇਸ਼ਨ ਵਕੀਲ ਏਜੰਸੀਆਂ ਅਤੇ ਸਲਾਹਕਾਰ $1000 ਵਿੱਚ ਵੇਚੇ ਜਾ ਰਹੀਆਂ ਜਾਲੀ LMIA ਬਾਰੇ ਗੱਲ ਕਰਦੇ ਆ ਰਹੇ ਨੇ। ਇਹੋ ਦਸਤਾਵੇਜ਼ ਨੇ ਜੋ ਰੁਜ਼ਗਾਰਦਾਤਾ ਫੈਡਰਲ ਸਰਕਾਰ ਨੂੰ ਜਮ੍ਹਾਂ ਕਰਦੇ ਨੇ ਜਦੋਂ TFW ਨੂੰ ਨੌਕਰੀ 'ਤੇ ਰੱਖਣਾ ਚਾਹੁੰਦੇ ਨੇ ਅਤੇ ਦਿਖਾਉਂਦੇ ਨੇ ਕਿ ਉਹ ਨੌਕਰੀ ਲਈ 28 ਦਿਨਾਂ ਦੇ ਅੰਦਰ ਇੱਕ ਯੋਗ ਕੈਨੇਡੀਅਨ ਨਹੀਂ ਲੱਭ ਸਕੇ। ਇਸ ਫਾਈਲ ਲਈ ਮਿਆਰੀ ਪ੍ਰੋਸੈਸਿੰਗ ਫੀਸ $1000 ਹੈ ਅਤੇ ਇਹ ਰੁਜ਼ਗਾਰਦਾਤਾ ਦੁਆਰਾ ਅਦਾ ਕੀਤੀ ਜਾਣੀ ਚਾਹੀਦੀ ਹੈ। ਦੋ ਕੈਨੇਡੀਅਨ ਵਿਅਕਤੀਆਂ ਦੇ ਅਤਿਵਾਦ ਦੇ ਦੋਸ਼ਾਂ ਮਗਰੋਂ ਕੰਜ਼ਰਵੇਟਿਵਸ ਨੇ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾ ਜਤਾਈ ਹੈ। ਹਾਊਸ ਦੀ ਪਬਲਿਕ ਸੇਫਟੀ ਕਮੇਟੀ ਨੂੰ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਕੰਜ਼ਰਵੇਟਿਵਾਂ ਨੇ ਅਤਿਵਾਦ ਦੇ ਅਪਰਾਧਾਂ ਦੇ ਦੋਸ਼ ਹੇਠ ਦੋ ਵਿਅਕਤੀਆਂ ਦੇ ਮਾਮਲੇ ਦੇ ਵਿੱਚ ਸਦਨ ਦੀ ਜਾਂਚ ਦੀ ਮੰਗ ਕੀਤੀ ਹੈ। ਕੰਜ਼ਰਵੇਟਿਵਜ਼ ਇਮੀਗ੍ਰੇਸ਼ਨ ਪ੍ਰਣਾਲੀ ਅਤੇ ਸੁਰੱਖਿਆ ਸਕਰੀਨਿੰਗ ਬਾਰੇ ਚਿੰਤਾਵਾਂ ਉਠਾ ਰਹੇ ਨੇ।
ਟੋਰਾਂਟੋ ਦੇ ਪਿਓ ਪੁੱਤ ਤੇ ਅੱਤਵਾਦ ਨਾਲ ਸੰਬੰਧਿਤ ਕਈ ਦੋਸ਼ ਆਇਦ ਕੀਤੇ ਜਾਣ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਐਮਪੀਜ਼ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹਾਊਸ ਦੀ ਪਬਲਿਕ ਸੇਫਟੀ ਕਮੇਟੀ ਵੱਲੋਂ ਵੀ ਕੀਤੀ ਜਾਵੇ। ਬੀਤੇ ਮਹੀਨੇ ਟੋਰਾਂਟੋ ਦੇ 62 ਸਾਲ ਦੇ ਅਹਿਮਦ ਫਵਾਦ ਮੁਸਤਫਾ ਅਲਦੀਦੀ ਅਤੇ ਉਸਦੇ 26 ਸਾਲ ਦੇ ਪੁੱਤਰ ਮੁਸਤਫਾ ਅਲਦੀਦੀ ਖਿਲਾਫ਼ 9 ਦੋਸ਼ ਆਇਦ ਕੀਤੇ ਗਏ ਨੇ। ਇਹਨਾਂ ਦੋਸ਼ਾਂ ਵਿੱਚ ਕਿਸੇ ਅੱਤਵਾਦੀ ਸੰਗਠਨ ਯਾਨੀ ਕਿ ਸੁੰਨੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਨਿਰਦੇਸ਼ਾਂ ਜਾਂ ਉਸਦੇ ਹਿੱਤ ਵਿੱਚ ਕਤਲ ਅੰਜਾਮ ਦੇਣ ਦੀ ਸਾਜ਼ਿਸ਼ ਦੇ ਦੋਸ਼ ਵੀ ਸ਼ਾਮਿਲ ਨੇ। ਕੰਜ਼ਰਵੇਟਿਵ ਹਾਊਸ ਲੀਡਰ ਐਂਡਰੂ ਸ਼ੀਅਰ ਨੇ ਬੀਤੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਦੋਵਾਂ ਵਿਅਕਤੀਆਂ ਦੀ ਇਮੀਗ੍ਰੇਸ਼ਨ ਸਕਰੀਨਿੰਗ ਪ੍ਰਕਿਰਿਆ ਬਾਰੇ ਸਵਾਲ ਪੁੱਛਣਾ ਚਾਹੁੰਦੀ ਹੈ। ਸ਼ੇਅਰ ਨੇ ਕਿਹਾ ਕਿ ਕੈਨੇਡੀਅਨਸ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਭਰੋਸਾ ਰੱਖਣ। ਇਸ ਦੇ ਲਈ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਹਰ ਮਾਮਲੇ ਵਿੱਚ, ਹਰ ਅਰਜ਼ੀ ਵਿੱਚ ਪੂਰੀ ਲਗਨ ਅਤੇ ਸਹੀ ਜਾਂਚ ਕੀਤੀ ਜਾਂਦੀ ਹੈ। ਸਪਸ਼ਟ ਹੈ ਕਿ ਇਸ ਸਥਿਤੀ ਵਿੱਚ ਅਜਿਹਾ ਨਹੀਂ ਕੀਤਾ ਗਿਆ ਸੀ ਅਤੇ ਜਾਨਾਂ ਲਗਭਗ ਅਜਾਈ ਹੋਣ ਦੇ ਕੰਢੇ 'ਤੇ ਸਨ। ਕੰਜ਼ਰਵੇਟਿਵਜ਼ ਵੱਲੋਂ ਹਾਊਸ ਕਮੇਟੀ ਦੁਆਰਾ ਜਾਂਚ ਦੀ ਮੰਗ ਉਦੋਂ ਵਧੀ ਜਦੋਂ ਗਲੋਬਲ ਨਿਊਜ਼ ਨੇ ਵੀਕੈਂਡ 'ਤੇ ਖ਼ਬਰ ਛਾਪੀ ਕਿ ਅਹਿਮਦ ਫਵਾਦ ਮੁਸਤਫਾ ਅਲਦੀਦੀ ਨੇ ਕੈਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਆਈ ਐੱਸ ਦੁਆਰਾ ਜਾਰੀ ਕੀਤੀ ਇੱਕ ਵੀਡੀਓ ਵਿੱਚ ਨਜ਼ਰ ਆ ਰਹੇ ਇੱਕ ਹਮਲੇ ਵਿੱਚ ਹਿੱਸਾ ਲਿਆ ਸੀ। ਗਲੋਬਲ ਦੀ ਰਿਪੋਰਟ ਵਿੱਚ ਬੇਨਾਮ ਸਰੋਤਾਂ ਦਾ ਹਵਾਲਾ ਦਿੱਤਾ ਗਿਆ। ਸਰਕਾਰੀ ਮੀਡੀਆ ਨੇ ਵੀਡੀਓ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕੀਤੀ ਹੈ। ਇੱਕ ਚਾਰਜਸ਼ੀਟ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਅਹਿਮਦ ਫਵਾਦ ਮੁਸਤਫਾ ਅਲਦੀਦੀ ਨੇ 2015 ਵਿੱਚ ਇਸਲਾਮਿਕ ਸਟੇਟ ਦੇ ਹਿੱਤ ਲਈ ਕੈਨੇਡਾ ਤੋਂ ਬਾਹਰ ਕਿਤੇ ਇੱਕ ਭਿਆਨਕ ਹਮਲਾ ਕੀਤਾ ਸੀ, ਪਰ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਗਏ। ਜਦ ਬੀਤੇ ਦਿਨ ਸ਼ੇਅਰ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਆਪ ਵੀਡੀਓ ਵੇਖੀ ਹੈ ਤਾਂ ਸ਼ੇਅਰ ਨੇ ਕਿਹਾ ਕਿ ਉਹਨਾਂ ਨੇ ਇਸ ਘਟਨਾ ਬਾਰੇ ਸਿਰਫ ਜਨਤਕ ਰਿਪੋਰਟਾਂ ਵੇਖੀਆਂ ਨੇ। RCMP ਸੁਪਰਡੈਂਟ ਜੇਮਸ ਪਾਰ ਨੇ ਪਿਛਲੇ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਦੋਵੇਂ ਵਿਅਕਤੀ ਕੈਨੇਡੀਅਨ ਨਾਗਰਿਕ ਨੇ, ਪਰ RCMP ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਸਿਰਫ ਪਿਤਾ ਕੋਲ ਹੀ ਕੈਨੇਡਾ ਦੀ ਨਾਗਰਿਕਤਾ ਹੈ। ਸ਼ੇਅਰ ਨੇ ਕਿਹਾ ਕਿ ਉਹਨਾਂ ਨੂੰ ਇਹ ਫਿਕਰ ਨਹੀਂ ਹੈ ਕਿ ਹਾਊਸ ਕਮੇਟੀ ਦੀ ਜਾਂਚ ਪੁਲਿਸ ਜਾਂਚ ਜਾਂ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ, ਸਗੋਂ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਫੋਕਸ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾਵਾਂ ਨੇ। ਸ਼ੇਅਰ ਮੁਤਾਬਿਕ ਕੈਨੇਡੀਅਨਸ ਲਈ ਇਹ ਪਤਾ ਲਗਾਉਣਾ ਕਿ ਉਹਨਾਂ ਦੀ ਆਪਣੀ ਸਰਕਾਰ ਨੇ ISIS ਨਾਲ ਜੁੜੇ ਕਿਸੇ ਵਿਅਕਤੀ ਨੂੰ ਆਉਣ ਦਿੱਤਾ ਅਤੇ ਉਸਨੂੰ ਨਾਗਰਿਕਤਾ ਦਿੱਤੀ, ਇਸ ਬਾਰੇ ਸਰਕਾਰ ਦਾ ਜਵਾਬ ਦੇਣਾ ਪੂਰੀ ਤਰ੍ਹਾਂ ਉਚਿਤ ਹੈ। ਸ਼ੇਅਰ ਦਾ ਇਹ ਵੀ ਕਹਿਣਾ ਹੈ ਕਿ ਕੈਨੇਡਾ ਨੂੰ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੈਬਲੈਂਕ ਅਤੇ ਸਰਕਾਰੀ ਅਧਿਕਾਰੀਆਂ ਕੋਲੋਂ ਪੁੱਛਣਾ ਚਾਹੀਦਾ ਹੈ ਜਿਨ੍ਹਾਂ ਨੇ ਅਲਦੀਦੀ ਦੀ ਇਮੀਗ੍ਰੇਸ਼ਨ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਹੈ। ਉਹਨਾਂ ਨੇ NDP ਅਤੇ ਬਲੌਕ ਕਿਊਬੈਕਵਾਂ ਨੂੰ ਕੰਜ਼ਰਵੇਟਿਵਸ ਦੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਆਖਿਆ। NDP ਲੀਡਰ ਜਗਮੀਤ ਸਿੰਘ ਨੇ ਬੀਤੇ ਦਿਨ ਕਿਹਾ ਕਿ ਅਲਦੀਦੀ ਪਿਓ ਪੁੱਤ ਦਾ ਮਾਮਲਾ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ, ਪਰ ਉਹਨਾਂ ਇਹ ਨਹੀਂ ਕਿਹਾ ਕਿ ਕੀ ਉਹ ਪਬਲਿਕ ਸੇਫਟੀ ਕਮੇਟੀ ਦੀ ਜਾਂਚ ਦਾ ਸਮਰਥਨ ਕਰਨਗੇ ਜਾਂ ਨਹੀਂ। ਇੱਕ ਵੱਖਰੀ ਨਿਊਜ਼ ਕਾਨਫਰੰਸ ਦੇ ਵਿੱਚ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਅਸੀਂ ਇਹ ਦੇਖਾਂਗੇ ਕਿ ਇਸ ਦੀ ਜਾਂਚ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ, ਪਰ ਇਹ ਸਪਸ਼ਟ ਹੈ ਕਿ ਇਹ ਉਹ ਮਸਲਾ ਹੈ ਜਿਸ ਨੂੰ ਸਾਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਅਤੇ ਸਾਨੂੰ ਇਸ ਦੇ ਜਵਾਬ ਲੱਭਣ ਦੀ ਜ਼ਰੂਰਤ ਹੈ। ਅਜਿਹਾ ਕਿਉਂ ਹੋਇਆ ਅਤੇ ਅਸੀਂ ਭਵਿੱਖ ਵਿੱਚ ਇਸ ਨੂੰ ਕਿਵੇਂ ਰੋਕ ਸਕਦੇ ਹਾਂ, ਇਸ ਦੇ ਜਵਾਬ ਲੱਭੇ ਜਾਣਗੇ।
ਸਰਕਾਰੀ ਮੀਡੀਆ ਨੇ ਟਿੱਪਣੀ ਲਈ ਲਬਲੌਂਕ ਇਮੀਗ੍ਰੇਸ਼ਨ ਵਿਭਾਗ, ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਬਲਾਕ ਬੇਕਵਾ ਨਾਲ ਸੰਪਰਕ ਕੀਤਾ। RCMP ਅਨੁਸਾਰ ਪਿਓ ਪੁੱਤ ਨੂੰ ਇੱਕ ਮਹੀਨੇ ਲੰਬੀ ਤਫਤੀਸ਼ ਮਗਰੋਂ 28 ਜੁਲਾਈ ਨੂੰ ਰਿਚਮੰਡ ਹਿੱਲ 'ਤੇ ਇੱਕ ਹੋਟਲ ਦੇ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। RCMP ਸੁਪਰਡੈਂਟ ਜੇਮਸ ਪਾਰ ਨੇ ਕਿਹਾ ਕਿ ਕਥਿਤ ਹਮਲੇ ਵਿੱਚ ਟੋਰਾਂਟੋ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਸੀ। ਹਾਲਾਂਕਿ ਇਹ ਖਤਰਾ ਕਿਸ ਕਿਸਮ ਦਾ ਸੀ, ਇਹ ਜਾਣਕਾਰੀ ਪ੍ਰਕਾਸ਼ਨ ਪਾਬੰਦੀ ਦੇ ਅਧੀਨ ਹੈ, ਪਰ ਸ਼ਹਿਰ ਵਾਸੀਆਂ ਨੂੰ ਕੋਈ ਖਤਰਾ ਨਹੀਂ ਹੈ। ਦੋਵਾਂ ਵਿਅਕਤੀਆਂ 'ਤੇ ਚਾਕੂ ਅਤੇ ਕੁਹਾੜੀ ਰੱਖਣ ਲਈ ਹਥਿਆਰ ਸੰਬੰਧੀ ਦੋਸ਼ ਵੀ ਆਇਦ ਕੀਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਦੋਂ ਉਹਨਾਂ ਵਿਅਕਤੀਆਂ ਕੋਲ ਇਹ ਹਥਿਆਰ ਮੌਜੂਦ ਸਨ। ਦੋਵਾਂ ਵਿਅਕਤੀਆਂ ਦੀ ਬੀਤੇ ਹਫ਼ਤੇ ਅਦਾਲਤ ਵਿੱਚ ਇੱਕ ਸੰਖੇਪ ਪੇਸ਼ੀ ਹੋਈ ਸੀ ਅਤੇ ਬੀਤੇ ਦਿਨ ਉਹਨਾਂ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਕੈਨੇਡਾ ਸਰਕਾਰ ਨੇ UK ਜਾਣ ਵਾਲੇ ਯਾਤਰੀਆਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। UK ਵਿੱਚ ਪ੍ਰਦਰਸ਼ਨਾਂ ਦੇ ਚੱਲਦਿਆਂ ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਅਪਡੇਟ ਕਰ ਦਿੱਤੀ ਹੈ। ਕੈਨੇਡਾ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਯੂਨਾਈਟਿਡ ਕਿੰਗਡਮ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਬਹੁਤ ਲੋੜ ਹੈ। ਉੱਥੇ ਸ਼ਾਂਤਮਈ ਪ੍ਰਦਰਸ਼ਨ ਕਿਸੇ ਵੀ ਸਮੇਂ ਹਿੰਸਕ ਹੋ ਸਕਦੇ ਨੇ। ਕੈਨੇਡੀਅਨ ਸਰਕਾਰ ਨੇ UK ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਉੱਥੋਂ ਲਈ ਆਪਣੀ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕਰ ਦਿੱਤਾ ਹੈ। ਬੀਤੇ ਹਫ਼ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਦਾ ਜ਼ਿਕਰ ਕਰਦਿਆਂ ਐਡਵਾਈਜ਼ਰੀ ਵਿੱਚ ਸੈਲਾਨੀਆਂ ਨੂੰ UK ਵਿੱਚ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ। ਟਰੈਵਲ ਐਡਵਾਈਜ਼ਰੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਵੀ ਕਿਸੇ ਵੀ ਸਮੇਂ ਹਿੰਸਕ ਹੋ ਸਕਦੇ ਨੇ ਅਤੇ ਹਾਲਾਤ ਤੇਜ਼ੀ ਨਾਲ ਵਿਗੜ ਸਕਦੇ ਨੇ। ਹਿੰਸਕ ਪ੍ਰਦਰਸ਼ਨ ਕਾਫੀ ਹੱਦ ਤੱਕ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਕਰਕੇ ਫੈਲੇ ਨੇ। ਦਰਅਸਲ ਬੀਤੇ ਮਹੀਨੇ ਬ੍ਰਿਟੇਨ ਦੇ ਸਾਊਥਪੋਰਟ ਵਿੱਚ ਇੱਕ ਚਾਕੂ ਹਮਲੇ ਦੀ ਘਟਨਾ ਵਿੱਚ 3 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਚਾਕੂ ਹਮਲੇ ਦੇ ਮਾਮਲੇ ਵਿੱਚ ਇਹ ਗਲਤ ਅਫਵਾਹ ਫੈਲੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਇੱਕ ਸ਼ਰਨਾਰਥੀ ਮੁਸਲਮਾਨ ਸੀ। ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਮੁਜ਼ਾਹਰੇ ਸ਼ੁਰੂ ਹੋ ਗਏ। ਪੁਲਿਸ ਮੁਤਾਬਕ ਸ਼ੱਕੀ ਬ੍ਰਿਟੇਨ ਦਾ ਹੀ ਜੰਮਪਲ ਹੈ ਅਤੇ ਇਹ ਘਟਨਾ ਇੱਕ ਅੱਤਵਾਦੀ ਕਾਰਨ ਨਹੀਂ ਸੀ। ਇਸ ਗਲਤ ਜਾਣਕਾਰੀ ਤੋਂ ਬਾਅਦ UK ਵਿੱਚ ਮੁਸਲਮਾਨਾਂ ਅਤੇ ਪਨਾਹਗਾਰਾਂ ਖਿਲਾਫ ਫੈਲ ਰਹੇ ਜ਼ਹਿਰ ਨੂੰ ਰੋਕਣ ਲਈ ਅਦਾਲਤ ਨੇ 17 ਸਾਲ ਦੇ ਸ਼ੱਕੀ ਦਾ ਨਾਮ ਵੀ ਨਸ਼ਰ ਕੀਤਾ, ਪਰ ਦੰਗੇ ਅਤੇ ਹਿੰਸਕ ਕਾਰਵਾਈਆਂ ਜਾਰੀ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਇਸ ਹਫ਼ਤੇ ਕਿਹਾ ਸੀ ਕਿ ਮੁਲਕ ਵਿੱਚ ਫੈਲੇ ਦੰਗਿਆਂ ਨਾਲ ਨਜਿੱਠਣ ਲਈ ਉਹ ਵਿਸ਼ੇਸ਼ ਪੁਲਿਸ ਇੰਤਜ਼ਾਮ ਕਰਨਗੇ ਅਤੇ ਨਿਆਂ ਪ੍ਰਣਾਲੀ ਨੂੰ ਵੀ ਤੇਜ਼ ਕੀਤਾ ਜਾਵੇਗਾ। ਜ਼ਿਕਰ ਖਾਸ ਹੈ ਕਿ ਬ੍ਰਿਟੇਨ ਦੇ ਵਿੱਚ ਬਣੇ ਹੋਏ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਉੱਥੇ ਜਾਣ ਵਾਲੇ ਕੈਨੇਡੀਅਨਾਂ ਜਾਂ ਫਿਰ ਉੱਥੇ ਰਹਿ ਰਹੇ ਕੈਨੇਡੀਅਨਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਹਨਾਂ ਨੂੰ ਸੁਚੇਤ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਨੇ। ਕੈਨੇਡਾ ਭਰ ਦੇ ਵਿੱਚ ਰਿਹਾਇਸ਼ੀ ਸੰਕਟ ਇੱਕ ਮੁੱਖ ਮੁੱਦਾ ਬਣਿਆ ਹੋਇਆ ਹੈ ਤੇ ਸਰਕਾਰ ਇਸ ਦੇ ਨਾਲ ਨਜਿੱਠਣ ਵਾਸਤੇ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਉਪਾਅ ਵੀ ਲੱਭਦੀ ਹੈ ਤੇ ਕਈ ਨਵੇਂ ਐਲਾਨ ਵੀ ਕੀਤੇ ਜਾਂਦੇ ਨੇ। ਹੁਣ ਨਵੇਂ ਅੰਕੜੇ ਸਾਹਮਣੇ ਆਏ ਨੇ ਜਿਨ੍ਹਾਂ ਮੁਤਾਬਕ ਕੈਨੇਡਾ ਭਰ ਦੇ ਵਿੱਚ ਕਿਰਾਏ ਵੱਧ ਰਹੇ ਨੇ, ਪਰ ਵਾਧਿਆਂ ਦੀ ਰਫ਼ਤਾਰ ਹੁਣ 2.5 ਸਾਲਾਂ ਦੇ ਵਿੱਚ ਹੌਲੀ ਹੋ ਗਈ ਹੈ। ਇੱਥੋਂ ਤੱਕ ਕਿ ਸਭ ਤੋਂ ਸਸਤੇ ਕਿਰਾਏ ਵਾਲੇ ਸੂਬਿਆਂ ਦੇ ਵਿੱਚ ਵੀ ਸਭ ਤੋਂ ਤੇਜ਼ੀ ਦੇ ਨਾਲ ਕਿਰਾਏ ਵਧਣ ਦਾ ਵਾਧਾ ਹੋ ਰਿਹਾ ਹੈ। Renters.ca ਅਤੇ ਅਰਬਨ ਨੇਸ਼ਨ ਦੁਆਰਾ ਬੀਤੇ ਦਿਨ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਪੂਰੇ ਕੈਨੇਡਾ ਵਿੱਚ ਕਿਰਾਏ ਹਜੇ ਵੀ ਵੱਧ ਰਹੇ ਨੇ, ਪਰ ਹੁਣ ਵਾਧਿਆਂ ਦੀ ਰਫ਼ਤਾਰ ਬੀਤੇ 2.5 ਸਾਲਾਂ ਵਿੱਚ ਸਭ ਤੋਂ ਹੌਲੀ ਦਰਜ ਹੋਈ ਹੈ।
ਜੁਲਾਈ ਵਿੱਚ ਸਾਰੀ ਤਰ੍ਹਾਂ ਦੀਆਂ ਰਿਹਾਇਸ਼ੀ ਪ੍ਰਾਪਰਟੀਆਂ ਲਈ ਮੰਗੇ ਜਾਣ ਵਾਲੇ ਕਿਰਾਇਆਂ ਦੀ ਔਸਤ $2,201 ਪ੍ਰਤੀ ਮਹੀਨਾ ਦਰਜ ਹੋਈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 5.9% ਦਾ ਵਾਧਾ ਦਰਸਾਉਂਦਾ ਹੈ। ਇਹ ਅੰਕੜੇ rentals.ca ਤੇ ਲਿਸਟ ਕੀਤੇ ਗਏ ਨਵੇਂ ਯੂਨਿਟਾਂ ਤੇ ਆਧਾਰਿਤ ਨੇ। ਇਹ ਸਾਲ ਦਰ ਸਾਲ ਵਾਧਾ ਪਿਛਲੇ 31 ਮਹੀਨਿਆਂ ਦੌਰਾਨ ਹੋਇਆ ਸਭ ਤੋਂ ਮੱਧਮ ਵਾਧਾ ਹੈ। ਹਾਲਾਂਕਿ ਕੁਝ ਥਾਵਾਂ ਤੇ ਬੀਤੇ ਸਾਲ ਨਾਲੋਂ ਵਧੇਰੇ ਉਛਾਲ ਵੀ ਦਰਜ ਹੋਇਆ ਅਤੇ ਕੁਝ ਵਿੱਚ ਨਿਗਾਰ ਵੀ ਦਰਜ ਕੀਤਾ ਗਿਆ। rentals.ca ਦੀ ਐਸੋਸੀਏਟ ਡਾਇਰੈਕਟਰ ਆਫ ਕਮਿਊਨੀਕੇਸ਼ਨਸ ਜੀਆਕੋਮੋ ਲੈਡਸ ਨੇ ਕਿਹਾ ਕਿ ਅਸੀਂ ਕੀ ਦੇਖ ਰਹੇ ਹਾਂ ਕਿ ਜਿਹੜੇ ਸੂਬੇ ਕਿਰਾਇਆ ਪੱਖੋਂ ਸਭ ਤੋਂ ਵੱਧ ਸਸਤੇ ਨੇ, ਉਹਨਾਂ ਵਿੱਚ ਕਿਰਾਏ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਨੇ। ਇਸ ਦੇ ਉਲਟ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਹੀ ਦੋ ਸੂਬੇ ਨੇ ਜਿੱਥੇ ਸਾਲ ਦਰ ਸਾਲ ਪੱਧਰ ਤੇ ਕਿਰਾਇਆਂ ਵਿੱਚ ਕਮੀ ਦਰਜ ਹੋਈ ਏ। ਜਾਕੋਮੋ ਨੇ ਕਿਹਾ ਹੈ ਕਿ ਇਹਨਾਂ ਦੋ ਸੂਬਿਆਂ ਵਿੱਚ ਕੋਈ ਵੀ ਛੇਤੀ ਕਿਤੇ ਕਿਰਾਏ ਘਟਣ ਦੀ ਉਮੀਦ ਨਹੀਂ ਕਰਦਾ। ਵੈਨਕੂਵਰ ਵਿੱਚ ਬੀਤੇ ਸਾਲ ਨਾਲੋਂ ਕਿਰਾਏ ਵਿੱਚ ਲਗਭਗ 7% ਦੀ ਕਮੀ ਆਈ ਹੈ ਅਤੇ ਟੋਰਾਂਟੋ ਵਿੱਚ ਪ੍ਰਾਪਰਟੀ ਮਾਰਕੀਟ ਵਿੱਚ ਕੌਂਡੋ ਯੂਨਿਟਾਂ ਦੀ ਉਪਲਬਧਤਾ ਕਰਕੇ ਕਿਰਾਏ ਵਿੱਚ 5% ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਹੈਲੀਫੈਕਸ 'ਚ 18.2% ਦਾ ਵਾਧਾ ਦਰਜ ਕੀਤਾ ਗਿਆ ਅਤੇ ਸਸਕੇਟੂਨ, ਐਡਮਿੰਟਨ ਅਤੇ ਰੈਜੀਨਾ ਵਰਗੇ ਪ੍ਰੇਰੀ ਸ਼ਹਿਰਾਂ 'ਚ ਵੀ ਕਿਰਾਇਆਂ ਦੀ ਦਰ ਵਿੱਚ ਦੋਹਰੇ ਅੰਕਾਂ ਦਾ ਵਾਧਾ ਵੇਖਣ ਨੂੰ ਮਿਲਿਆ। ਕੈਲਗਰੀ ਦੇ ਆਲੇ ਦੁਆਲੇ ਦੇ ਛੋਟੇ ਸ਼ਹਿਰਾਂ ਵਿੱਚ ਵੀ ਕਿਰਾਇਆਂ ਵਿੱਚ ਤੇਜ਼ੀ ਦਰਜ ਹੋਈ ਏ। ਜਾਕੋਮੋ ਅਨੁਸਾਰ ਲੋਇਡਮਿੰਸਟਰ ਅਤੇ ਲੈਥਬ੍ਰਿਜ ਵਰਗੇ ਸ਼ਹਿਰਾਂ ਦੇ ਕਿਰਾਏ ਵਿੱਚ 20% ਵਾਧਾ ਦਰਜ ਹੋਇਆ। ਸਸਕੇਚੁਆਨ ਵਿੱਚ ਕਿਰਾਏ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਨੇ। ਕੰਡੋਮੀਨੀਅਮ ਅਪਾਰਟਮੈਂਟਾਂ ਅਤੇ ਕਿਰਾਏ ਲਈ ਬਣਾਏ ਯੂਨਿਟਾਂ ਲਈ ਸਸਕੇਚੁਆਨ ਵਿੱਚ ਕਿਰਾਏ 22.2% ਦੇ ਸਾਲਾਨਾ ਦਰ ਨਾਲ ਵੱਧ ਰਹੇ ਨੇ, ਪਰ ਕੈਨੇਡਾ ਭਰ ਵਿੱਚ ਔਸਤ ਕਿਰਾਇਆ ਹਜੇ ਵੀ ਸਸਕੇਚੁਆਨ ਨਾਲੋਂ 38% ਵੱਧ ਹੈ। ਜਾਕੋਮੋ ਨੇ ਕਿਹਾ ਕਿ ਇਸ ਲਈ ਭਾਵੇਂ ਉਸ ਸੂਬੇ ਵਿੱਚ ਰਹਿਣਾ ਬਹੁਤ ਜ਼ਿਆਦਾ ਸਸਤਾ ਹੈ, ਵਾਧੇ ਦੀ ਦਰ ਅਸਲ ਵਿੱਚ ਤੇਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਐਲਬਰਟਾ ਅਤੇ ਐਟਲਾਂਟਿਕ ਕੈਨੇਡਾ ਵਿੱਚ ਇਹ ਰੁਝਾਨ ਦੇਖ ਰਹੇ ਹਾਂ। ਇੱਥੇ ਸਾਲ ਦਰ ਸਾਲ ਕਰੀਬ 15% ਵਾਧੇ ਹੋ ਰਹੇ ਨੇ ਤੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਵਿੱਚ 2% ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਵੱਡੀ ਤਬਦੀਲੀ ਏ। ਕੈਨੇਡਾ ਦੇ ਵਿੱਚ ਹੁਣ LMIA ਦੇ ਨਾਂ ਤੇ ਠੱਗੀਆਂ ਹੋਣੀਆਂ ਬੰਦ ਹੋ ਜਾਣਗੀਆਂ। ਆਰਜ਼ੀ ਵੀਜ਼ਾ ਤੇ ਕੈਨੇਡਾ ਆਏ ਲੋਕਾਂ ਦੀ ਵੱਧਦੀ ਗਿਣਤੀ ਨੂੰ ਠੱਲ ਪਾਉਣ ਅਤੇ LMIA ਦੇ ਨਾਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲਿਆਂ ਦੇ ਮਨਸੂਬੇ ਅਸਫਲ ਕਰਨ ਦੇ ਇਰਾਦੇ ਦੇ ਨਾਲ ਟਰੂਡੋ ਸਰਕਾਰ ਨਵੀਂ ਨੀਤੀ ਲਿਆ ਰਹੀ ਹੈ। ਨਵੀਂ ਨੀਤੀ ਤਹਿਤ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੇ ਆਰਜ਼ੀ ਵਿਦੇਸ਼ੀ ਕਾਮੇ ਸੱਦੇ ਨਹੀਂ ਜਾ ਸਕਣਗੇ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਮਾਮਲੇ ਵਿੱਚ ਘੱਟੋ ਘੱਟ ਉਜਰਤ $24 ਪ੍ਰਤੀ ਘੰਟਾ ਤੈਅ ਕੀਤੀ ਜਾ ਰਹੀ ਹੈ। ਵੱਖ ਵੱਖ ਰਾਜਾਂ ਵਿੱਚ ਘੱਟੋ ਘੱਟ ਉਜਰਤ ਦਰ ਦੀ ਸ਼ਰਤ ਵੱਖੋ ਵੱਖਰੀ ਹੋ ਸਕਦੀ ਹੈ, ਪਰ ਨੋਵਾ ਸਕੋਸ਼ੀਆ ਦੇ ਮਾਮਲੇ ਵਿੱਚ $39 ਪ੍ਰਤੀ ਘੰਟਾ ਦੀ ਉਜਰਤ ਦਰ ਅਦਾ ਕਰਨ ਵਾਲਿਆਂ ਨੂੰ ਹੀ ਆਰਜ਼ੀ ਵਿਦੇਸ਼ੀ ਕਾਮੇ ਸੱਦਣ ਦੀ ਇਜਾਜ਼ਤ ਮਿਲਣ ਦੇ ਆਸਾਰ ਨੇ। ਰੁਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਰੈਂਡੀ ਵਸਨੌਲਤ ਨੇ ਕਿਹਾ ਹੈ ਕਿ ਬੀਤੇ ਇੱਕ ਸਾਲ ਤੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਬਾਰੇ ਸੁਣਨ ਨੂੰ ਮਿਲ ਰਿਹਾ ਹੈ। ਕੈਨੇਡਾ ਪੁੱਜਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵਿਦੇਸ਼ੀ ਕਾਮਿਆਂ ਨਾਲ ਠੱਗੀਆਂ ਰੋਕਣ ਵਾਸਤੇ ਇਸ ਯੋਜਨਾ ਵਿੱਚ ਸੁਧਾਰ ਲਿਆਉਣੇ ਲਾਜ਼ਮੀ ਹੋ ਚੁੱਕੇ ਨੇ, ਜਿਸ ਦੇ ਮੱਦੇਨਜ਼ਰ LMIA ਫੀਸ ਵਿੱਚ ਵਾਧਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਛਾਪਿਆਂ ਦੀ ਗਿਣਤੀ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਸਿਰਫ ਇੰਨਾ ਹੀ ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੋਇਰਸ ਵਾਸਤੇ ਹੀ ਸ਼ਰਤਾਂ ਸਖ਼ਤ ਕੀਤੀਆਂ ਜਾਣਗੀਆਂ।
ਇੱਥੇ ਦੱਸਣਾ ਬਣਦਾ ਹੈ ਕਿ ਰੈਂਡੀ ਬਰਸਨੋਲਟ ਵੱਲੋਂ ਮੰਗਲਵਾਰ ਨੂੰ ਟਰਾਂਸਪੋਰਟੇਸ਼ਨ, ਐਗਰੀਕਲਚਰ ਅਤੇ ਫੂਡ ਐਂਡ ਬੈਵਰੇਜ ਸੈਕਟਰ ਦੇ ਨੁਮਾਇੰਦਿਆਂ ਨਾਲ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਦੂਜੇ ਪਾਸੇ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਸਹਾਰੇ ਚੱਲਣ ਵਾਲੇ ਉਦਯੋਗ ਨਵੇਂ ਨਿਯਮਾਂ ਤੋਂ ਚਿੰਤਿਤ ਵਿਖਾਈ ਦਿੱਤੇ। ਫੂਡ ਐਂਡ ਬੈਵਰੇਜ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਨਾ ਫੈਰਲ ਨੇ ਕਿਹਾ ਕਿ ਨਵੇਂ ਨਿਯਮ ਵੱਡਾ ਸੰਕਟ ਪੈਦਾ ਕਰ ਸਕਦੇ ਨੇ ਅਤੇ ਮੁੱਕਦੀ ਗੱਲ ਇੰਨੀ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧਣਗੇ। ਦੱਸ ਦਈਏ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਸਾਲ 2023-24 ਦੌਰਾਨ $20 ਲੱਖ ਦੇ ਜੁਰਮਾਨੇ ਇੰਪਲੋਇਰਸ ਨੂੰ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 36% ਵੱਧ ਬਣਦਾ ਹੈ। ਵੱਡੀ ਗਿਣਤੀ ਵਿੱਚ ਜੁਰਮਾਨੇ ਹੋਣ ਦੇ ਬਾਵਜੂਦ ਫਰਜ਼ੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ 'ਤੇ ਪ੍ਰਵਾਸੀਆਂ ਤੋਂ $50,000 ਮੰਗੇ ਜਾ ਰਹੇ ਨੇ। ਇਮੀਗ੍ਰੇਸ਼ਨ ਵਿਭਾਗ ਦੇ ਨਿਯਮ ਤੋੜਨ ਵਾਲੇ ਇੰਪਲੋਇਰਸ ਨੂੰ $100 ਤੋਂ $1 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਾਲਾਨਾ ਆਧਾਰ 'ਤੇ ਇਹ ਰਕਮ $10 ਲੱਖ ਤੱਕ ਵੀ ਜਾ ਸਕਦੀ ਹੈ। ਇਸ ਵੇਲੇ ਸਭ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਐਗਰੀਕਲਚਰ ਸੈਕਟਰ ਵਿੱਚ ਕੰਮ ਕਰ ਰਹੇ ਨੇ, ਪਰ ਅਸਲ ਗਿਣਤੀ ਦੱਸਣੀ ਸੰਭਵ ਨਹੀਂ। ਬੀਤੇ ਸਾਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 2,39,000 ਤੋਂ ਵੱਧ ਵਰਕ ਪਰਮਿਟ ਪ੍ਰਵਾਨ ਕੀਤੇ ਗਏ ਅਤੇ ਅੰਕੜਾ 2018 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬਣਦਾ ਹੈ, ਜਦ 1,09,000 ਵਰਕ ਪਰਮਿਟ ਜਾਰੀ ਕੀਤੇ ਗਏ ਸਨ। ਕੈਨੇਡਾ ਆਉਣ ਵਾਲੇ 10 ਆਰਜ਼ੀ ਵਿਦੇਸ਼ੀ ਕਾਮਿਆਂ ਵਿੱਚੋਂ ਇੱਕ ਦੀ ਸਾਲਾਨਾ ਕਮਾਈ $7,500 ਤੋਂ ਵੀ ਘੱਟ ਹੁੰਦੀ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਨੂੰ ਕਿੰਨਾ ਜ਼ਿਆਦਾ ਲੁੱਟਿਆ ਜਾਂਦਾ ਹੈ। ਜ਼ਿਕਰੇ ਖਾਸ ਹੈ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇੱਕ ਅਜਿਹਾ ਦਸਤਾਵੇਜ਼ ਹੈ ਜੋ ਕੈਨੇਡਾ ਵਿੱਚ ਕਿਸੇ ਰੁਜ਼ਗਾਰਦਾਤਾ ਨੂੰ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ 'ਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਓਨਟਾਰੀਓ ਫੈਕਟਰੀਜ਼ 'ਚ ਪਲਾਂਟ ਬੇਸਡ ਦੁੱਧ ਦੀ ਗੰਦਗੀ ਦਾ ਲੱਗਾ ਪਤਾ। ਲਿਸਟੀਰੀਓਸਿਸ ਕਾਰਨ 14 ਲੋਕ ਹਸਪਤਾਲ 'ਚ ਦਾਖਲ, 2 ਦੀ ਹੋਈ ਮੌਤ। ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਕੈਨੇਡਾ ਸਰਕਾਰ ਨੇ ਐਲਾਨੇ ਨਵੇਂ ਉਪਾਅ। ਕੈਨੇਡੀਅਨ ਨਾਗਰਿਕਾਂ 'ਤੇ ਲੱਗੇ ਅੱਤਵਾਦ ਦੇ ਦੋਸ਼, ਕੰਜ਼ਰਵੇਟਿਵਸ ਨੇ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਜਤਾਈ ਚਿੰਤਾ। ਕੈਨੇਡਾ ਵੱਲੋਂ UK ਜਾਣ ਵਾਲੇ ਯਾਤਰੀਆਂ ਲਈ ਐਡਵਾਈਜ਼ਰੀ ਅਪਡੇਟ, ਉੱਚ ਪੱਧਰੀ ਸਾਵਧਾਨੀ ਵਰਤਣ ਦੀ ਦਿੱਤੀ ਗਈ ਸਲਾਹ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।